लो भी गाइस, मैं हूँ आपका प्यारा दुलारा बेचारा, गरीबों का सारा शानी हराई। मैं सुबह सुबह सुत्ता सी, प्या मैनू घर दया दिता उठा, तो हूँ क्यों उठाया ये मैनू बिल्कुल भी समझ नहीं आ रहा। जिंदगी हुई पई है तबाह, नींद का कोटा हले पूरा नहीं होया। माँ शकरे जाए, नाश्ता होया पिया तैयार, इस तो बाद ड्यूटी लग गई है दुकान का ताला खोलन की, जड़ी कि डेली रूटीन के नाल तुहाडे भरा दी है। ਦੁਕਾਨ 'ਚ ਵੜਦੇ ਪਏ ਸੀ ਵਿਰਾਟ ਕੋਹਲੀ ਦਾ ਅੱਬਾ ਅਤੇ ਬਾਬਰ ਆਜ਼ਮ ਦਾ ਨੌਕਰ, ਇਹਨਾਂ ਨਾਲ ਹੋਇਆ ਮੇਰਾ ਰਾਬਤਾ। ਉਸ ਤੋਂ ਬਾਅਦ ਤੁਹਾਡੇ ਭਰਾ ਨੇ ਕੀਤੀ ਹੈ ਦੁਕਾਨ ਦੀ ਸਫਾਈ, ਦੁਕਾਨ ਚਮਕਾਈ, ਝਾੜੂ ਦੀ ਸੀ ਵਾਰੀ ਜਿਹੜੀ ਫੁੱਲ ਭਾਰ ਨਾਲ ਸੀ ਜਾਰੀ, ਅਤੇ ਆ ਜਾਓ ਮੇਰੇ ਨਾਲ ਤੁਸੀਂ ਵੀ ਕਰੋ ਤਿਆਰੀ। ਉਸ ਕੇ ਬਾਅਦ ਮਾਂ ਸ਼ਕਰੇ ਜਾਏ, ਹਮਨੇ ਮਾਰਾ ਕਾਊਂਟਰੋਂ ਪੇ ਕੱਪੜਾ ਔਰ ਮਕਾਇਆ ਸਫਾਈ ਵਾਲਾ ਲਫੜਾ। ਫਿਰ ਹਮੇ ਮਿਲਾ ਹਮਾਰਾ ਇੱਕ ਫੈਨ ਜੋ ਕਿ ਟਾਂਗਾ ਹੁਆ ਤਾ ਛੱਤ ਕੇ ਸਾਥ। ਲਓ ਜੀ, ਇਸ ਕੇ ਬਾਅਦ ਪੇਸ਼ੇ ਖਿਦਮਤ ਹੈ ਹਮਾਰਾ ਪਿਆਰਾ ਵਿਚਾਰਾ ਦੁਲਾਰਾ, ਗਰੀਬੋਂ ਕਾ ਸਹਾਰਾ ਔਰ ਸ਼ਦੀਦ ਤਰੀਨ ਕੁਵਾਰਾ ਚਾਰਲੀ। ਵੀਡੀਓ ਬਣਾਨੇ ਕੇ ਬਾਅਦ ਥੱਕ ਕੇ ਇਸੇ ਲੱਗ ਗਿਆ ਹੈ ਧਿਆਕੜਾ, ਔਰ ਪਾਣੀ ਪੀਤੇ ਹੋਏ ਇਸਕੀ ਜ਼ਬਾਨ ਇਤਨੀ ਸਪੀਡ ਸੇ ਚੱਲ ਰਹੀ ਹੈ ਜਿਤਨੀ ਸਪੀਡ ਮੇਰੀ ਐਕਸ ਕੀ ਨਏ ਨਏ ਬੁਆਏ ਫਰੈਂਡ ਬਣਾਨੇ ਮੇਂ ਹੈ। ਮਾਂ ਸ਼ਕਰੇ ਜਾਏ, ਨੈਕਸਟ ਪੇਸ਼ੈਂਟ। ਮਾਂ ਸ਼ਕਰੇ ਜਾਏ, ਇਸਕੇ ਬਾਅਦ ਪੇਸ਼ੇ ਖਿਦਮਤ ਹੈ ਹਮਾਰੀ ਸਤਮਾਈ ਮੀਠੀ ਜੀ, ਥੋੜ੍ਹਾ ਸਾ ਛੇੜਨੇ ਪਰ ਐਸੇ ਚਿਮੜ ਜਾਤੀ ਹੈ ਜੈਸੇ ਕਿਸੀ ਮਰੀਜ਼ ਕੋ ਕਰੋਨਾ ਵਾਇਰਸ ਚਿਮੜ ਜਾਤਾ ਹੈ। ਮਾਂ ਸ਼ਕਰੇ ਜਾਏ, ਯੇ ਬਾਬਰ ਆਜ਼ਮ ਕਾ ਆਬਾ ਔਰ ਮਰੀਮ ਨਵਾਜ਼ ਔਰ ਵਿਰਾਟ ਕੋਹਲੀ ਕੀ ਨਾਨੀ ਐਸੇ ਸੂਤੇ ਪਏ ਹੈ ਜੈਸੇ ਸਾਰੀ ਰਾਤ ਇਹਨੇ ਪਹਿਰਾ ਦਿਆ ਹੋਤਾ ਹੈ। ਲਓ ਜੀ, ਨਾ ਧੋ ਕੇ ਭਰਾ ਤੁਹਾਡੇ ਦੀ ਹੋ ਗਈ ਹੈ ਤਿਆਰੀ, ਅਤੇ ਹੁਣ ਕੰਪਿਊਟਰ ਕਲਾਸ ਲੈਣ ਦੀ ਵਾਰੀ। ਮਾਂ ਸ਼ਕਰੇ ਜਾਏ, ਬੈਗ ਆਪਣਾ ਤਿਆਰ ਹੈ ਅਤੇ ਮੁੰਡਾ ਚੱਲਾ ਘਰੋਂ ਬਾਹਰ ਹੈ। ਇਹ ਮੇਰੇ ਪਿੰਡ ਦੀ ਗਲੀ ਹੈ, ਇਹਦੇ 'ਚ ਤਾਂ ਸ਼ਹਿਰ 'ਚ ਇੰਨਾ ਕੀ ਫਰਕ ਹੈ ਕਿ ਸ਼ਹਿਰ ਦੀਆਂ ਗਲੀਆਂ ਸਾਫ਼ ਸੁਥਰੀਆਂ ਹੁੰਦੀਆਂ ਨੇ ਅਤੇ ਇਹਦਾ ਬੇੜਾ ਹੀ ਗਰਕ ਹੈ। ਕਲਾਸ ਤੋਂ ਬਾਅਦ ਮੈਂ ਘਰ ਪਹੁੰਚਿਆ, ਘਰੋਂ ਮੰਗੀ ਆ ਰੋਟੀ, ਅਤੇ ਤੁਹਾਡੇ ਭਰਾ ਨੂੰ ਪਈ ਆ ਸੋਟੀ, ਅਤੇ ਕਹਿੰਦੇ ਬਾਹਰੋਂ ਖਾ। ਫਾਈਨਲੀ ਤੁਹਾਡਾ ਭਰਾ ਗੁੱਸੇ 'ਚ ਪਹੁੰਚ ਗਿਆ ਤੰਦੂਰ 'ਤੇ ਅਤੇ ਦੇ ਦਿੱਤਾ ਰੋਟੀਆਂ ਦਾ ਆਰਡਰ। ਤੰਦੂਰ ਵਾਲੀਆਂ ਰੋਟੀਆਂ ਦਾ ਸਵਾਦ ਹੀ ਅਲੱਗ ਹੈ, ਪਤਾ ਨਹੀਂ ਇਹਨਾਂ 'ਚ ਨਮਕ ਹੁੰਦਾ ਕਿ ਪਸੀਨਾ ਹੁੰਦਾ, ਪਰ ਮਜ਼ਾ ਬੜਾ ਆਉਂਦਾ। ਤਾਂ ਰੋਟੀਆਂ ਤੋਂ ਬਾਅਦ ਤੁਹਾਡਾ ਭਰਾ ਪਹੁੰਚਿਆ ਦੁਕਾਨ 'ਤੇ, ਕਢਾਈ ਇੱਕ ਸੈਵਨ ਅੱਪ ਦੀ ਬੋਤਲ, ਇੱਕ ਲਾਲ ਲੇਸ। ਦੁਕਾਨ ਵਾਲੇ ਨੂੰ ਦਿੱਤਾ ਤੁਹਾਡੇ ਭਰਾ ਨੇ 200 ਰੁਪਈਆ, ਕਹਿੰਦਾ ਪਈ ਛਾਪਰ 'ਚ ਪਾ ਕੇ ਅਤੇ ਉਰੇ ਲਈ ਗਿਆ। ਛਾਪਰ 'ਚ ਹੋਣ ਲੱਗੇ ਨੇ ਪੈਕ, ਪੈਕ ਕਰਨ ਤੋਂ ਬਾਅਦ ਭਰਾ ਤੁਹਾਡਾ ਪਹੁੰਚਿਆ ਫਾਈਨਲੀ ਘਰ, ਅਤੇ ਹੁਣ ਹੈ ਇਹਨਾਂ ਨੂੰ ਖਾਣ ਪੀਣ ਦੀ ਵਾਰੀ। ਹੁਣ ਤੁਹਾਡਾ ਭਰਾ ਲੱਗਾ ਸੌਣ, ਸੋ ਡੋਂਟ ਡਿਸਟਰਬ ਮੀ, ਮਾਂ ਸ਼ਕਰੇ ਜਾਏ, ਅੱਲਾ ਹਾਫਿਜ਼।